ਦੇ ਸਟੂਡੈਂਟਸ ਵੈਲਕਮ ਅੱਜ ਦਾ ਆਪਣਾ ਟਾਪਿਕ ਹੈ ਵੇ ਟੂ ਰਾਈਟ ਅਰਟੀਕਲਸ ਇਨ ਅ ਮੈਗਜ਼ੀਨ ਇੱਕ ਜਿਹੜਾ ਸਕੂਲ ਮੈਗਜ਼ੀਨ ਹੈ ਉਹਦੇ ਵਿੱਚ ਕਿਸ ਤਰੀਕੇ ਨਾਲ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਲਿਖਿਆ ਜਾ ਸਕਦਾ ਹੈ ਤੇ ਕੁਝ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਜਿਹਦੇ ਨਾਲ ਕਿ ਅਸੀਂ ਆਪਣੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਅਰੇਂਜ ਕਰ ਸਕਦੇ ਹਾਂ ਪਹਿਲਾ ਹੈ ਆਰਟੀਕਲਸ ਸ਼ੁੱਡ ਬੀ ਰਿਟਨ ਫਾਰਮ the reader's point of view ਜਿਹੜੀਆਂ ਲਿਖਤਾਂ ਨੇ ਉਹ ਹਮੇਸ਼ਾ ਹੀ ਪਾਠਕਾਂ ਦੇ ਪੱਖ ਤੋਂ ਲਿਖੇ ਜਾਣੇ ਚਾਹੀਦੇ ਨੇ ਮੀਨਸ ਅਸੀਂ ਦੇਖਣਾ ਹੈ ਕਿ ਕਿਹੜੇ ਲੈਵਲ ਦੇ ਵਿਦਿਆਰਥੀਆਂ ਨੇ ਉਹਨਾਂ ਨੂੰ ਪੜ੍ਹਨਾ ਹੈ ਤੇ ਉਹਦੇ ਪੁਆਇੰਟ ਆਫ 뷰 ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀਆਂ ਸਾਰੇ ਆਰਟੀਕਲਸ ਨੇ ਉਹਨਾਂ ਨੂੰ ਲਿਖਿਆ ਜਾਣਾ ਚਾਹੀਦਾ ਹੈ ਬੀ ਇੰਥੈਸਟਿਕ ਐਂਡ ਬਲੀਵੀਰ ਆਫ ਯੂਅਰ ਵਿਊਜ਼ ਇਨ ਦਾ ਆਰਟੀਕਲ ਫਿਰ ਆ ਲਿਖਤਾਂ ਦੇ ਵਿੱਚ ਆਰਟੀਕਲਸ ਦੇ ਵਿੱਚ ਆਪਣੇ ਵਿਚਾਰਾਂ ਪ੍ਰਤੀ ਉਤਸ਼ਾਹਪੂਰਵਕ ਤੇ ਯਕੀਨ ਹੋਣਾ ਜ਼ਰੂਰੀ ਹੁੰਦਾ ਹੈ ਯਕੀਨ ਕਰੋ ਕਿ ਤੁਸੀਂ ਸਹੀ ਲਿਖਿਆ ਹੈ ਤੁਸੀਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਲਿਖੀ ਜਿਹੜੀ ਕਿ ਦੂਸਰੇ ਨੂੰ ਠੇਸ ਪਹੁੰਚਾਉਂਦੀ ਹੋਵੇ ਨੈਕਸਟ ਹੈ ਫਾਲੋ ਦਾ ਕਨਵਿੰਸਿੰਗ ਵੇ ਆਫ ਰਾਈਟਿੰਗ ਤੇ ਜਿਹੜੀ ਲਿਖਤ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਦੂਸਰੇ ਨੂੰ ਕਨਵਿੰਸ ਕਰਦੀ ਹੋਵੇ ਕਨਵਿੰਸ ਕਰਨ ਦਾ ਮਤਲਬ ਕਿ ਜਦੋਂ ਅਸੀਂ ਕਿਸੇ ਨੂੰ ਆਪਣੀ ਕੋਈ ਗੱਲ ਮਨਵਾਉਣੀ ਹੈ ਉਦੋਂ ਮਨਵਾਉਣ ਦਾ ਤਰੀਕਾ ਕੀ ਹੈ ਕਨਵਿੰਸ ਕਰਨਾ ਮੀਨ ਜੇ ਅਸੀਂ ਲਿਖਣਾ ਇਸ ਤਰੀਕੇ ਨਾਲ ਹੈ ਕਿ ਜਿਹੜਾ ਵਿਅਕਤੀ ਆਟੋਮੈਟਿਕਲੀ ਉਹਨੂੰ ਲੱਗੇ ਵੀ ਹਾਂ ਇਟਸ ਟਰੂ ਠੀਕ ਹੈ ਜੀ ਆਟੋਮੈਟਿਕਲੀ ਯਕੀਨ ਕਰੇ ਹੋ ਤੁਹਾਡੇ ਤੇ ਇਨਫੋਰਮੇਸ਼ਨ ਸ਼ੁੱਡ ਬੀ ਪ੍ਰੈਜ਼েন্টেਡ ਇਨ ਐਨ ਇੰਟਰਸਟਿੰਗ ਮੈਨਰ ਫਿਰ ਜਿਹੜੀ ਇਨਫੋਰਮੇਸ਼ਨ ਹੈ ਆਰਟੀਕਲ ਦੇ ਵਿੱਚ ਦਿੱਤੀ ਗਈ ਹੈ ਉਹ ਇੰਟਰਸਟਿੰਗ ਮੈਨਰ ਦੇ ਵਿੱਚ ਵਰਣਨ ਕੀਤੀ ਹੋਣੀ ਚਾਹੀਦੀ ਹੈ ਮੀਨਸ ਇੰਟਰਸਟਿੰਗ ਲੱਗੇ ਪੜਨ ਵਾਲੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤੀ ਜਾਣੀ ਚਾਹੀਦੀ ਹੈ ਹੁਣ ਜੇਕਰ ਉਹ ਮਨੋਰੰਜਨ ਭਰਪੂਰ ਹੋਏਗੀ ਤਾਂ ਹੀ ਵਿਦਿਆਰਥੀ ਉਹਨੂੰ ਪੜਨ ਦੇ ਲਈ ਅੱਗੇ ਆਉਣਗੇ ਨੈਕਸਟ ਹੈ ਰਾਈਟ ਯੂজিং ਦ ਬਰਡਸ ਵਿਚ ਇਨਵੋਲਵ ਰੀਡਰਸ ਬਾਈ ਗਿਵਿੰਗ ਅ ਪਰਸਨਲ ਟੱਚ ਫਿਰ ਜਿਹੜੀ ਕੋਈ ਵੀ ਲਿਖਤ ਹੈ ਉਹਦੇ ਵਰਡਸ ਉਹਦੇ ਚ ਜਿਹੜਾ ਰੀਡਰ ਹੈ ਉਹ ਖੁਦ ਇਨਵੋਲਵ ਹੋਣਾ ਚਾਹੀਦਾ ਹੈ ਬਾਏ ギਵਿੰਗ ਅ ਪਰਸਨਲ ਟੱਚ ਆਪਣੇ ਆਪ ਨੂੰ ਜਿਹੜੀ ਪਰਸਨਲ ਟੱਚ ਹੈ ਉਹਦੇ ਵਿੱਚ ਉਹਨੂੰ ਜ਼ਰੂਰ ਦੇਣੀ ਚਾਹੀਦੀ ਹੈ ਨੈਕਸਟ ਹੈ ਦਾ ਫਾਰਮੈਟ ਆਫ ਦਾ ਆਰਟੀਕਲ ਸ਼ੁੱਡ ਬੀ ਜਿਵੇਂ ਕਿ ਟਾਈਟਲ ਇੰਟਰੋਡਕਸ਼ਨ ਬਾਡੀ ਤੇ ਐਂਡਿੰਗ ਹੁਣ ਇਹਦੇ ਵਿੱਚ ਕੀ ਹੋਣਾ ਚਾਹੀਦਾ ਹੈ ਟਾਈਟਲ ਜ਼ਰੂਰ ਹੋਣਾ ਚਾਹੀਦਾ ਆਰਟੀਕਲ ਦੇ ਫਾਰਮੈਟ ਦੇ ਵਿੱਚ ਫਿਰ ਇੰਟਰੋਡਕਸ਼ਨ ਮੀਨਸ ਡਿਮੈਸ ਕਿ ਕਿਸੇ ਗੱਲ ਨੂੰ ਸਟਾਰਟ ਕਰਦੇ ਆ ਉਹਦੇ ਲਈ ਕੁਝ ਲਾਈਨਾਂ ਫਿਰ ਬਾਡੀ ਬਾਡੀ ਮੀਨਸ ਅਸੀਂ ਪੂਰਾ ਕੀ ਦੱਸਣਾ ਚਾਹੁੰਦੇ ਆ ਉਹਦੇ ਵਿੱਚ ਕੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਐਂਡਿੰਗ ਉਹਦਾ ਐਂਡ ਐਂਡ ਦੇ ਵਿੱਚ ਜਿਵੇਂ ਅਸੀਂ ਕੋਈ ਪੇਪਰਾਂ ਦੀ ਗੱਲ ਕਰ ਰਹੇ ਆ ਵੀ ਪੇਪਰ ਨੇੜੇ ਆ ਰਿਹਾ ਉਹਦੇ ਤੇ ਆਰਟੀਕਲ ਲਿਖਿਆ ਤਾਂ ਐਂਡ ਕਿਵੇਂ ਹੋਏਗਾ ਕਿ ਤੁਸੀਂ ਮਿਹਨਤ ਕਰਨੀ ਹੈ ਠੀਕ ਹੈ ਜੀ ਮਿਹਨਤ ਦਾ ਜਿਹੜਾ ਫਲ ਹੈ ਉਹ ਵਧੀਆ ਹੁੰਦਾ ਹੈ ਤੁਹਾਨੂੰ ਜ਼ਰੂਰ ਮਿਲੇਗਾ ਏ ਦੇ ਅਕੋਰਡਿੰਗ ਜਿਹੜੀ ਸਹੀ ਐਂਡਿੰਗ ਉਹ ਕਰਾਂਗੇ ਦਾ ਲੈਵਲ ਆਫ ਦਾ ਲੈਂਗੁਏਜ ਯੂਜ਼ਡ ਸ਼ੁੱਡ ਬੀ ਅਕੋਰਡਿੰਗ ਟੂ ਦਾ ਸੀਰੀਅਸਨੈਸ ਆਫ ਦਾ ਟਾਪਿਕ ਹੁਣ ਜਿਹੜੀ ਵਿੱਚ ਲੈਂਗੁਏਜ ਯੂਜ਼ ਕਰਨੀ ਹੈ ਆਰਟੀਕਲ ਨੂੰ ਲਿਖਣ ਲੱਗਿਆ ਉਹਦਾ ਲੈਵਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਅਕੋਰਡਿੰਗ ਟੂ ਦਾ ਸੀਰੀਅਸਨੈਸ ਆਫ ਦਾ ਸੀਰੀਅਸਨੈਸ ਆਫ ਦਾ ਟਾਪਿਕ ਵੀ ਟਾਪਿਕ ਕਿੰਨਾ ਸੀਰੀਅਸ ਹੈ ਹੁਣ ਜੇਕਰ ਟਾਪਿਕ ਦਾ ਬਹੁਤ ਸੀਰੀਅਸ ਹੈ ਬਟ ਅਸੀਂ ਉਹਦੇ ਵਿੱਚ ਜੋਕਸ ਲਿਖੀ ਜਾ ਰਹੇ ਹਾਂ ਤਾਂ ਫਿਰ ਸਾਡਾ ਜਿਹੜਾ ਆਰਟੀਕਲ ਉਹ ਅਟਰੈਕਟਿਵ ਨਹੀਂ ਹੋਏਗਾ ਮੀਨ ਜਿਸ ਤਰ੍ਹਾਂ ਦੀ ਸਾਡੀ ਸਟੋਰੀ ਹੈ ਜਿਸ ਤਰ੍ਹਾਂ ਸਾਡੇ ਆਰਟੀਕਲ ਦੇ ਵਿੱਚ ਅਸੀਂ ਥੀਮ ਲਿਆ ਹੈ ਟਾਈਟਲ ਲਿਆ ਹੈ ਉਹਦੇ ਅਕੋਰਡਿੰਗ ਅਸੀਂ ਜੀਡ ਲੈਂਗੁਏਜ ਉਹ ਯੂਜ਼ ਕਰਨੀ ਹੈ ਜੀ ਸਟੂਡੈਂਟਸ ਏਸੀ ਸ਼ਾਰਟ ਨੋਟ ਦੇ ਲਈ ਕਿ ਜੋ ਮੈਗਜ਼ੀਨ ਆ ਉਹਦੇ ਵਿੱਚ ਲਿਖਤਾਂ ਲਿਖਣ ਦੇ ਕਿਹੜੇ ਕਿਹੜੇ ਤਰੀਕੇ ਨੇ ਥੈਂਕ ਯੂ